लड़ाई जेल दे च बंद सीगियां दो तीन, एक शुभम अरोड़ा उहदे सट्टां मारियां कोई अंदरों पता लग्गिया वा, जिथे लियाए उहनूं उहदा अपोजिट ग्रुप सीगा कोई, उन्होंने उहदे ते हमला करता अंदर। तो नहीं पहले तो नहीं हुई लड़ाई, हुण ही पता लग्गिया वी उत्थे अंदर लड़ पए आ, तां इहनूं कल्ले नूं घेर के 15-20 जणे ने उत्थे इहदे ते वार कीता, पलास मारे आ। ਹੁਣੇ ਅੱਧੇ ਘੰਟੇ ਪਹਿਲਾਂ ਦੀ ਗੱਲ ਹੈ। ਤੁਹਾਨੂੰ ਕਿਵੇਂ, ਤੁਹਾਨੂੰ ਕਿਹਨੇ ਦੱਸਿਆ, ਤੁਸੀਂ ਕੀ ਲੱਗਦੇ? ਮੇਰਾ ਦੋਸਤ ਹੈ ਜੀ। ਅੱਛਾ ਜੀ, ਹਾਂਜੀ, ਤੁਹਾਨੂੰ ਅਪਡੇਟ ਮਿਲੀ ਹੈ ਫਿਰ ਤੁਸੀਂ? ਹਾਂਜੀ, ਮੈਨੂੰ ਪਤਾ ਲੱਗਿਆ ਵੀ ਇੱਦਾਂ ਲੜਾਈ ਹੋਈ ਹੈ, ਅਤੇ ਮੈਂ ਇੱਥੇ ਪਹੁੰਚਿਆ ਅਤੇ ਦੇਖਿਆ ਅਤੇ ਆ ਕੇ ਉਹਨਾਂ ਨੂੰ ਅੰਦਰ ਲੈ ਗਏ, ਪੁਲਿਸ ਖੜੀ ਹੈ, ਜਾਨ ਨਹੀਂ ਦੇ ਰਹੀ। ਮੈਂ ਪਤਾ ਲੱਗਿਆ ਕਿੰਨੀ ਕੁ ਸੱਟਾਂ ਲੱਗੀਆਂ ਨੇ? ਸੱਟਾਂ ਕਹਿੰਦੇ ਸਿਰ 'ਤੇ ਵੱਜੀ ਆ, ਲੱਕ 'ਚ ਪਲਾਸ ਮਾਰਿਆ ਉਹਦੇ ਕਈ, ਤਾਂ ਬਾਕੀ ਮਿਲਾਂਗੇ ਪਤਾ ਲੱਗੂ, ਕਈ ਕਹਿੰਦੇ ਸੂਆ ਵੀ ਮਾਰਿਆ ਕੋਈ, ਉਹਦਾ ਪਤਾ ਨਹੀਂ। ਕਿਹਨਾਂ ਨੇ ਮਾਰੇ ਕੋਹਨ? ਉਹਨਾਂ ਦੀ ਆਪੋਜਿਟ ਪਾਰਟੀ ਕੋਈ ਅੰਦਰ ਹੈਗੇ ਜੀ ਮੁੰਡੇ, ਜਿਹੜੇ ਨਾਮ ਹਲੇ ਪਤਾ ਨਹੀਂ ਲੱਗਿਆ ਜੀ ਕਿੰਨਾ ਨੇ ਮਾਰੀਆਂ ਵਾ, ਕੋਈ ਪਹਿਲੇ ਉਹ ਬੈਂਸ ਕੋਈ ਮੁੰਡਾ ਵਾ ਉਹਦੇ ਨਾਲ ਇਹਨਾਂ ਦੀ ਲਾਗ ਡਾਟ ਸੀਗੀ, ਉਹਦੇ ਕੇਸ 'ਚ ਅੰਦਰ ਉਹ ਸੰਬੰਧ 'ਚ ਹੀ ਸੀਗਾ ਜੀ। ਪ੍ਰਸ਼ਾਸਨ ਨੂੰ ਜਿਹੜੀ ਹੈ ਸੁਰੱਖਿਆ ਮੁਹੱਈਆ ਕਰਵਾਉਣੀ ਚਾਹੀਦੀ ਜੇਲ੍ਹ ਦੇ ਅੰਦਰ, ਵੈਸੇ ਵੀ ਜਿਹੜੀ ਕਰਾਉਣੀ ਚਾਹੀਦੀ ਹੈ ਜੀ ਪ੍ਰਸ਼ਾਸਨ ਨੂੰ, ਦੇਖਣਾ ਚਾਹੀਦਾ ਕਿ ਜਿਹੜਾ ਅੱਗੇ ਮਾਹੌਲ ਪੰਜਾਬ ਦਾ ਇੰਨਾ ਖਰਾਬ ਹੈ, ਅਤੇ ਜਿਹੜੀ ਜਿਹੜੇ ਅੰਦਰ ਵੀ ਨਹੀਂ ਜੇਲ੍ਹ ਦੇ ਟਿਕਦੇ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਵਾ, ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ, ਥੋੜ੍ਹੀ ਸਖਤੀ ਕਰਨੀ ਚਾਹੀਦੀ ਹੈ ਕਿ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ, ਤਾਂ ਕਿ ਇਹੋ ਜਿਹੇ ਦੁਬਾਰਾ ਨਾ ਕੋਈ ਜੇਲ੍ਹ ਦੇ ਅੰਦਰ ਵੀ ਜੇ ਬੰਦਾ ਸੁਰੱਖਿਅਤ ਨਹੀਂ ਤਾਂ ਕਿੱਥੇ ਸੁਰੱਖਿਅਤ ਹੈ। ਸਰ ਕਿੰਨੇ ਕਿੰਨੇ ਬੰਦੇ ਲਿਆਂਦੇ ਗਏ ਨੇ, ਕੀ ਗੱਲਬਾਤ ਆ? ਇੱਕ ਬੰਦਾ ਲਿਆਂਦਾ ਗਿਆ ਜੇਲ੍ਹ ਵਾਲੇ ਵੱਲੋਂ ਲਿਆਂਦਾ ਗਿਆ। ਜੇਲ੍ਹ 'ਚ ਕੋਈ ਲੜਾਈ ਝਗੜਾ ਹੋਇਆ ਸੀਗਾ? ਇਹਦੀ ਮੈਂ ਕੋਈ ਪੁਸ਼ਟੀ ਨਹੀਂ ਕਰ ਸਕਦਾ, ਇਹਦੇ ਬਾਰੇ ਜੇਲ੍ਹ ਡਿਪਾਰਟਮੈਂਟ ਦੱਸ। ਅੱਛਾ, ਬੰਦੇ 'ਤੇ ਸੱਟਾਂ ਛੁੱਟਣ ਲੱਗੀਆਂ ਹੋਈਆਂ ਨੇ? ਮਨਿਊਰ ਜੀ ਸੱਟਾਂ, ਮਨਿਊਰ ਜੀ ਸੱਟਾਂ। ਸਰ ਕਿਸ ਚੀਜ਼ ਨਾਲ ਹਮਲਾ ਕੀਤਾ ਗਿਆ? ਮੈਨੂੰ ਇਸ ਚੀਜ਼ ਬਾਰੇ ਕੋਈ ਨਹੀਂ। ਕੋਈ ਸ਼ਾਰਪ ਇੰਜਰੀ ਹੈ ਜਾਂ ਬਲੰਟ ਹੈ? ਇਹ ਡਾਕਟਰ ਦੱਸ ਸਕਦੇ ਆ ਜੀ, ਮੈਨੂੰ ਇਸ ਚੀਜ਼ ਬਾਰੇ ਮੈਂ ਕਹਿ ਰਿਹਾ। ਵਗੈਰਾ ਕੀ ਹੈ ਜੀ ਜਿਹੜਾ ਬੰਦਾ ਲਿਆਂਦਾ? ਹਾਂਜੀ, ਨਾਮ ਕੀ ਹੈ ਜੀ ਜਿਹੜਾ ਬੰਦਾ ਲਿਆਂਦਾ? ਇਹਦਾ ਸ਼ੁਭਮ ਨਾਮ।